ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸੱਚਖੰਡ ਵਾਸੀ ਪਰਮ ਪੂਜਨੀਕ ਬ੍ਰਹਮ ਗਿਆਨੀ ਦੇਸ਼ ਭਗਤ ਸੰਤ ਬਾਬਾ ਸੂਬਾ ਸਿੰਘ ਜੀ ਗਦਰੀ ਬਾਬੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਅੰਦਰ ਬੜੇ ਪ੍ਰੇਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ ਸੰਗਤਾਂ ਦੇ ਸਹਿਯੋਗ ਸਦਕਾ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਤਿਨ੍ਹਾਂ ਦੇ ਸੁਪੁੱਤਰ ਪੰਥ ਦੇ ਮਹਾਨ ਪ੍ਰਚਾਰਕ ਸ਼੍ਰੀਮਾਨ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਤਿਨ੍ਹਾਂ ਦੀ ਸੁਚੱਜੀ ਅਗਵਾਈ ਦੇ ਵਿੱਚ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਜੋੜ ਮੇਲਿਆਂ ਦੇ ਰੂਪ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸ਼ਰਧਾ ਨਾਲ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਆਓ ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਅੰਦਰ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੇ ਸੱਚਖੰਡ ਗਮਨ ਕਰਨ ਦੀ ਮਹਿਮਾ ਦਰਸਾਉਂਦੇ ਨੇ। ਸ਼੍ਰੀਮਾਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਬੋਲ ਨੇ ਕਬੀਰ ਜਾ ਦਿਨ ਹਉ ਬੁਆ ਪਾਛੇ ਭਇਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਮਹਾਤਮਾ ਜਿਸ ਦਿਨ ਚੜ੍ਹਾਈ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਮੌਤ ਹੈ ਉਹਨਾਂ ਦਾ ਜਿਹੜਾ ਸਰੀਰ ਛੱਡਣਾ ਹੈ
ਇਹ ਆਮ ਬੰਦਿਆਂ ਦੀ ਮੌਤ ਵਰਗਾ ਨਹੀਂ ਹੁੰਦਾ। ਇਹਦੇ ਵਿੱਚ ਜ਼ਮੀਨ ਤੇ ਅਸਮਾਨ ਜਿੰਨਾ ਫਰਕ ਹੁੰਦਾ ਹੈ। ਮਹਾਤਮਾ ਜਦੋਂ ਸਰੀਰ ਛੱਡਦਾ ਹੈ ਤਾਂ ਉਹਨੂੰ ਕੀ ਦਾਤ ਪ੍ਰਾਪਤ ਹੁੰਦੀ ਹੈ? ਵੀ ਵਾਹਿਗੁਰੂ ਪਰਮੇਸ਼ਰ ਮਿਲ ਪੈਂਦਾ ਹੈ। ਆਮ ਬੰਦੇ ਦੀ ਜਦੋਂ ਮੌਤ ਹੁੰਦੀ ਹੈ ਤੇ ਉਹ ਜੰਮਣ ਮਰਨ ਦੇ ਗੇੜ 'ਚ ਪੈ ਜਾਂਦਾ ਹੈ, 84 ਲੱਖ ਜੂਨੀਆਂ ਵਿੱਚ ਜਾਂਦਾ ਹੈ। ਇਸ ਕਰਕੇ ਅਸੀਂ ਕਹਿ ਤੇ ਦਿੰਦੇ ਹਾਂ ਵੀ ਬਰਸੀ, ਤੇ ਆਮ ਬੰਦੇ ਦੀ ਵੀ ਬਰਸੀ ਹੁੰਦੀ ਸਾਲ ਪਿੱਛੋਂ, ਉਹਨੂੰ ਯਾਦ ਕਰਨਾ। ਪਰ ਅਸਲ ਦੇ ਵਿੱਚ ਇਹ ਜੋੜ ਮੇਲੇ ਹੁੰਦੇ ਨੇ, ਗੁਰਮਤਿ ਸਮਾਗਮ ਹੁੰਦੇ ਨੇ, ਜਿਨ੍ਹਾਂ ਦੀ ਬੜੀ ਮਹਾਨਤਾ ਹੁੰਦੀ ਹੈ। ਇਹਦੀ ਮਹਾਨਤਾ ਇਸ ਕਰਕੇ ਹੁੰਦੀ ਹੈ, ਕਬੀਰ ਸਾਹਿਬ ਕਹਿੰਦੇ, ਕਬੀਰ ਜਾਤਿਨ ਹਉ ਬੂਆ ਪਾਛੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਜਿੰਨੀ ਸੰਗਤ ਮਹਾਤਮਾ ਦੀ ਯਾਦ ਵਿੱਚ ਜੁੜਦੀ ਹੈ, ਉਹ ਜੁੜਦੀ ਕਿਹਦੇ ਵਿੱਚ ਹੈ? ਕਥਾ ਵਿੱਚ ਤੇ ਕੀਰਤਨ ਦੇ ਵਿੱਚ। ਤਾਂ ਮਹਾਤਮਾ ਦੇ ਚੜ੍ਹਾਈ ਕਰਨ ਵਾਲੇ ਦਿਨ ਹਰ ਸਾਲ ਕਥਾ ਕੀਰਤਨ ਹੁੰਦਾ ਹੈ, ਨਾਮ ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਲੰਗਰ ਚੱਲਦੇ ਨੇ, ਦਾਨ ਪੁੰਨ ਹੁੰਦੇ ਨੇ। ਇਸ ਕਰਕੇ ਇਹਨਾਂ ਦਿਨਾਂ ਦੀ ਮਹਾਨਤਾ ਜਿਹੜੀ ਹੈ ਉਹ ਆਮ ਦਿਨਾਂ ਨਾਲੋਂ ਵੱਧ ਕੇ ਹੋ ਜਾਂਦੀ ਹੈ। ਜਿਵੇਂ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਇਹ ਗੱਲ ਦੱਸੀ ਹੈ ਵੀ ਜਿਹੜਾ ਗੁਰਪ੍ਰਭ ਵਾਲਾ ਦਿਨ ਹੈ ਉਹਨੂੰ ਤੁਸੀਂ ਆਮ ਦਿਨ ਨਾ ਸਮਝੋ। ਉਸ ਗੁਰਪ੍ਰਭ ਵਾਲੇ ਦਿਨ ਦੇ ਵਿੱਚ ਬੜੀ ਬਰਕਤ ਹੁੰਦੀ ਹੈ, ਬੜੀ ਤਾਕਤ ਹੁੰਦੀ ਹੈ। ਜਿੱਦਾਂ ਗੁਰਪ੍ਰਭ ਵਾਲੇ ਦਿਨ ਜਿੰਨੀ ਛੇਤੀ ਕਾਮਨਾ ਪੂਰੀ ਹੁੰਦੀ ਹੈ, ਭਾਵਨਾ ਪੂਰੀ ਹੁੰਦੀ, ਅਰਦਾਸ ਪੂਰੀ ਹੁੰਦੀ ਹੈ, ਬਾਕੀ ਸਾਰਾ ਸਾਲ ਓਡੀ ਛੇਤੀ ਅਰਦਾਸ ਕਿਸੇ ਦੀ ਪੂਰੀ ਨਹੀਂ ਹੁੰਦੀ। ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਹਦਾ ਵੀ ਦਿਨ ਦਿਹਾੜਾ ਹੁੰਦਾ ਹੈ, ਗੁਰੂ ਸਾਹਿਬ ਦਾ, ਸਤਿਪੁਰਸ਼ਾਂ ਦਾ, ਸ਼ਹੀਦਾਂ ਦਾ, ਉਹ ਉਸ ਦਿਨ ਉਸ ਜਗ੍ਹਾ 'ਤੇ ਹਾਜ਼ਰ ਹੁੰਦੇ ਆ। ਇਸ ਕਰਕੇ ਅਰਦਾਸ ਬੇਨਤੀ ਜਿਹੜੀ ਹੁੰਦੀ ਉਹ ਛੇਤੀ ਸੁਣੀ ਜਾਂਦੀ ਹੈ। ਮੰਨ ਲਓ ਸੰਗਰਾਂਦ ਦਾ ਦਿਨ ਹੀ ਹੈ, ਹੁਣ ਸੰਗਰਾਂਦ ਦੇ ਦਿਨ ਦਾ ਅਤੇ ਦੂਜੇ ਦਿਨਾਂ ਦਾ ਕੀ ਫਰਕ ਹੈ? ਫਰਕ ਤਾਂ ਕੋਈ ਵੀ ਨਹੀਂ। ਕਦੀ ਸੰਗਰਾਂਦ ਸੋਮਵਾਰ ਆ ਜਾਂਦੀ ਹੈ, ਕਦੀ ਮੰਗਲਵਾਰ ਆ ਜਾਂਦੀ, ਕਦੀ ਬੁੱਧਵਾਰ, ਕਦੀ ਸ਼ੁੱਕਰਵਾਰ, ਕਦੀ ਐਤਵਾਰ। ਦਿਨ ਤਾਂ ਸਾਰੇ ਬਰਾਬਰ ਨੇ, ਪਰ ਉਸ ਦਿਨ ਦਾ ਫਰਕ ਕੀ ਹੈ? ਵੀ ਉਸ ਦਿਨ ਗੁਰੂ ਘਰ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ, ਸੰਗਤ ਇਕੱਠੀ ਹੁੰਦੀ ਹੈ। ਤਾਂ ਜਦੋਂ ਸੰਗਤ ਕਿਸੇ ਜਗ੍ਹਾ 'ਤੇ ਇਕੱਠੀ ਹੁੰਦੀ ਹੈ ਤਾਂ ਸੰਗਤ ਵਿੱਚ ਪਰਮਾਤਮਾ ਵੀ ਵੱਸਦਾ ਹੈ ਅਤੇ ਪਰਮਾਤਮਾ ਦੀ ਤਾਕਤ ਵੀ ਉੱਥੇ ਹਾਜ਼ਰ ਹੁੰਦੀ ਹੈ। ਤਾਂ ਉਸ ਦਿਨ ਦੇ ਵਿੱਚ ਫਿਰ ਤਾਕਤ ਆ ਜਾਂਦੀ ਹੈ, ਉਸ ਸਮੇਂ ਵਿੱਚ ਤਾਕਤ ਆ ਜਾਂਦੀ ਅਤੇ ਮਨ ਦੀਆਂ ਕਾਮਨਾ ਜਿਹੜੀਆਂ ਨੇ ਉਹ ਪੂਰੀਆਂ ਹੋਣ ਲੱਗ ਪੈਂਦੀਆਂ। ਸੰਗਰਾਂਦ ਦਾ ਜਿਹੜਾ ਦਿਨ ਹੈ, ਪਿਛਲੀ ਸੰਗਰਾਂਦ ਬੀਤ ਜਾਂਦੀ ਹੈ, ਨਵੀਂ ਆਉਣ ਲੱਗੀ ਹੈ, ਜਿਹੜਾ ਵਿਚਲਾ ਸਮਾਂ ਉਹ ਪੁੰਨ ਕਾਲ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਦਿਨ ਤਾਂ ਸਾਰੇ ਬਰਾਬਰ ਹੀ ਨੇ, ਪਰ ਵਾਤਾਵਰਨ ਦਾ ਪ੍ਰਭਾਵ ਬਦਲਦਾ ਹੈ। ਐਤਵਾਰ ਤੁਸੀਂ ਦੇਖੋਗੇ ਵੀ ਸੂਰਜ ਦੀ ਗਰਮੀ ਜ਼ਿਆਦਾ ਹੁੰਦੀ ਹੈ। ਐਤਵਾਰ ਕਿਹਦਾ ਦਿਨ ਮੰਨਿਆ ਗਿਆ? ਜਿਹਨੂੰ ਹਿੰਦੀ 'ਚ ਕਹਿ ਦਿੰਦੇ ਰਵੀਵਾਰ, ਰਵੀ ਕਹਿੰਦੇ ਸੂਰਜ ਨੂੰ। ਸੂਰਜ ਦਾ ਦਿਨ ਕਿਹੜਾ ਐਤਵਾਰ ਮੰਨਿਆ ਗਿਆ? ਇਹ ਕੋਈ ਵਹਿਮ ਨਹੀਂ ਆ, ਇਹ ਕੋਈ ਭਰਮ ਨਹੀਂ ਆ, ਇਹਦੇ ਪਿੱਛੇ ਨਾ ਸਾਇੰਟਿਫਿਕ
ਕਾਰਨ ਵੀ ਆ ਵੀ ਐਤਵਾਰ ਸੂਰਜ ਦੀ ਗਰਮੀ ਜ਼ਿਆਦਾ ਪੈਂਦੀ ਹੈ ਧਰਤੀ 'ਤੇ। ਇਸੇ ਤਰ੍ਹਾਂ ਪੁੰਨਿਆਂ ਦਾ ਦਿਨ, ਹੁਣ ਸਵਾਲ ਪੈਦਾ ਹੋ ਸਕਦਾ ਵੀ ਆਮ ਦਿਨਾਂ ਵਿੱਚ ਅਤੇ ਪੁੰਨਿਆਂ 'ਚ ਕੀ ਫਰਕ ਹੈ, ਕਿਉਂਕਿ ਗੁਰੂ ਘਰ 'ਤੇ ਇਹੋ ਜਿਹਾ ਵਹਿਮ ਕਰਦਾ ਹੀ ਨਹੀਂ ਨਾ ਵੀ ਸੋਮਵਾਰ ਕੀ ਅਤੇ ਮੰਗਲਵਾਰ ਕੀ ਅਤੇ ਬੁੱਧਵਾਰ ਕੀ ਅਤੇ ਸ਼ੁੱਕਰਵਾਰ ਕੀ, ਇਹੋ ਜਿਹਾ ਵਹਿਮ ਤਾਂ ਗੁਰਮਤ 'ਚ ਹੈ ਹੀ ਨਹੀਂ। ਪਰ ਫਰਕ ਕੀ ਹੈ ਵੀ ਪੁੰਨਿਆਂ ਦੀ ਰਾਤ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਇੰਨਾ ਤੇਜ਼ ਹੁੰਦਾ ਹੈ, ਇੰਨੀ ਅਟਰੈਕਸ਼ਨ ਹੁੰਦੀ ਹੈ, ਖਿੱਚ ਹੁੰਦੀ ਹੈ ਕਿ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਨੇ ਉਹ ਉਛਲ ਉਛਲ ਪੈਂਦੀਆਂ ਨੇ। ਜਿਵੇਂ ਮਹਾਂਪੁਰਸ਼ ਉਦਾਹਰਣ ਦਿੰਦੇ ਨਾ ਵੀ ਜਿਵੇਂ ਪੁੰਨਿਆਂ ਦੀ ਰਾਤ ਸਮੁੰਦਰ ਉਛਲਦਾ ਹੈ, ਇੱਦਾਂ ਕਾਮੀ ਬੰਦੇ ਦੇ ਅੰਦਰ ਵਕਾਰ ਦੇ ਸਮੇਂ ਉਛਲਦਾ ਹੈ, ਪੈਦਾ ਹੁੰਦਾ ਹੈ। ਹੁਣ ਪੁੰਨਿਆਂ ਦੀ ਜਿਹੜੀ ਰਾਤ ਆ ਉਹ ਵੀ ਤਾਂ ਕੋਈ ਦੇਣੀ ਆਪਣੇ ਦੇਣੀ ਆਵੇਗਾ, ਸੋਮਵਾਰ ਆਜੂ, ਪੁੰਨਿਆਂ ਮੰਗਲਵਾਰ ਆਜੂ, ਪੁੰਨਿਆਂ ਬੁੱਧਵਾਰ ਆਜੂ, ਪਰ ਵਾਤਾਵਰਣ ਦਾ ਪ੍ਰਭਾਵ ਪੈਂਦਾ ਚੰਦਰਮਾ ਦਾ। ਤਾਂ ਇਸੇ ਤਰ੍ਹਾਂ ਫਰਕ ਗੁਰਮਤ ਨੇ ਦਿਨਾਂ 'ਚ ਨਹੀਂ ਰੱਖਿਆ, ਫਰਕ ਕਿਸ ਚੀਜ਼ ਦਾ ਪੈਂਦਾ ਵਾ, ਨਾਮ ਦਾ, ਸੇਵਾ ਦਾ, ਸਤਸੰਗਤ ਦਾ, ਇਹਦਾ ਫਰਕ ਪੈਂਦਾ। ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ। ਜਦੋਂ ਪਰਮਾਤਮਾ ਕਿਰਪਾ ਕਰਕੇ ਆਪਣਾ ਨਾਮ ਜਪਾਉਂਦਾ ਕਿਸੇ ਵੀ ਦਿਨ, ਤੁਸੀਂ ਸਾਲ ਦਾ ਕੋਈ ਦਿਨ ਵੀ ਰੱਖ ਲਓ ਵੀ ਇਸ ਦਿਨ ਸਤਸੰਗ ਕਰਨਾ, ਮਹੀਨੇ ਦਾ ਕੋਈ ਦਿਨ ਵੀ ਰੱਖ ਲਓ। ਸ਼ਹਿਰਾਂ ਦੇ ਵਿੱਚ ਬੀਬੀਆਂ ਨੇ ਬੁੱਧਵਾਰ ਰੱਖਿਆ ਹੁੰਦਾ ਵੀ ਸੁਖਮਣੀ ਸਾਹਿਬ ਕਰਨਾ ਬੁੱਧਵਾਰ, ਅਤੇ ਜੇ ਕੋਈ ਕਵੇ ਵੀ ਬੁੱਧਵਾਰ 'ਚ ਸ਼ਕਤੀ ਆ, ਇਹ ਬੁੱਧਵਾਰ 'ਚ ਤਾਂ ਕੋਈ ਸ਼ਕਤੀ ਨਹੀਂ ਆ, ਉਹ ਹੀ ਆ ਜਿਹੜਾ ਸ਼ੁਰੂ ਤੋਂ ਬੁੱਧਵਾਰ ਤੁਰਿਆ ਆਉਂਦਾ, ਸ਼ਕਤੀ ਇਹ 'ਚ ਆ ਵੀ ਉੱਦਣ ਸੁਖਮਣੀ ਸਾਹਿਬ ਪੜਿਆ ਜਾਂਦਾ, ਸ਼ਕਤੀ ਇਹਦੇ ਵਿੱਚ ਆ ਵੀ ਉੱਦਣ ਸੁਖਮਣੀ ਸਾਹਿਬ ਦੇ ਜਾਪ ਕੀਤੇ ਜਾਂਦੇ। ਐਤਵਾਰ ਬੀਬੀਆਂ ਸਤਸੰਗ ਰੱਖ ਲੈਂਦੀਆਂ ਵੀ ਐਤਵਾਰ ਸੁਖਮਣੀ ਸਾਹਿਬ ਕਰਨਾ, ਕੀ ਐਤਵਾਰ 'ਚ ਸ਼ਕਤੀ ਆ, ਵਾਤਾਵਰਨ ਦਾ ਪ੍ਰਭਾਵ ਤਾਂ ਬਦਲਦਾ ਸੂਰਜ ਚੰਦਰਮਾ ਰੁੱਤ ਕਰਕੇ, ਪਰ ਸ਼ਕਤੀ ਕਿਹਦੀ ਆ, ਸੁਖਮਣੀ ਸਾਹਿਬ ਦੀ ਆ ਵੀ ਜਦੋਂ ਸੰਗਤ ਇਕੱਠੀ ਹੁੰਦੀ ਉਦੋਂ ਅਰਦਾਸ ਕਰਾ। ਅਰਦਾਸ ਕਦੋਂ ਕਰਾਉਣੀ ਆ ਤਾਂ ਗ੍ਰੰਥੀ ਸਿੰਘ ਕਹਿ ਦਿੰਦਾ ਵੀ ਬੁੱਧਵਾਰ ਅਰਦਾਸ ਕਰਾਈ, ਉਹ ਅਗਲਾ ਸੋਚੀ ਪੈ ਜਾਂਦਾ ਵੀ ਬੁੱਧਵਾਰ 'ਚ ਪਤਾ ਨਹੀਂ ਕੀ ਆ ਜਿਹੜਾ ਮੰਗਲਵਾਰ 'ਚ ਨਹੀਂ ਹੈਗਾ, ਵੀਰਵਾਰ 'ਚ ਨਹੀਂ ਹੈਗਾ, ਬੁੱਧਵਾਰ ਕੀ ਆ ਵੀ ਗੁਰਦੁਆਰੇ ਸੰਗਤ ਇਕੱਠੀ ਹੋਣੀ ਆ, ਅਤੇ ਜਿਹੜੀ ਅਰਦਾਸ ਸੰਗਤ ਵਿੱਚ ਹੋਊਗੀ, ਜੇ 100 ਬੰਦਾ ਵੀ ਇਕੱਠਾ ਹੋਇਆ, 100 ਬੰਦੇ ਨੇ ਹੱਥ ਜੋੜੇ, 100 ਬੰਦੇ ਨੇ ਮਨ ਜੋੜਿਆ, ਅਤੇ ਉਹ ਕਿੰਨੀ ਤਾਕਤ ਬਣ ਗਈ, ਕਿੰਨੀ ਐਨਰਜੀ ਬਣ ਗਈ, ਸ਼ਕਤੀ ਬਣ ਗਈ, ਉਹਦੇ ਨਾਲ ਫਿਰ ਬੰਦੇ ਦੀ ਇੱਛਾ ਛੇਤੀ ਪੂਰੀ ਹੋ ਜਾਂਦੀ, ਇਕੱਲੇ ਦੀ ਅਰਦਾਸ ਨਾਲ ਉਹ ਗੱਲ ਨਹੀਂ ਬਣਦੀ। ਤਾਂ ਇਸ ਕਰਕੇ ਜਿਹੜੇ ਮਹਾਂਪੁਰਸ਼ਾਂ ਦੇ ਦਿਨ ਨੇ, ਗੁਰੂ ਸਾਹਿਬ ਦੇ ਗੁਰਪ੍ਰਭ ਨੇ, ਇਹਨਾਂ ਨੂੰ ਆਮ ਦਿਨ ਨਹੀਂ ਸਮਝਣਾ ਚਾਹੀਦਾ ਵੀ ਲੈ ਇਹਦੇ ਵਿੱਚ ਅਤੇ ਉਹਦੇ 'ਚ ਕੀ ਫਰਕ ਆ, ਗੁਰਪ੍ਰਭ ਦੇ ਵਿੱਚ ਅਤੇ ਉਹਦੇ ਵਿੱਚ ਆਮ ਦਿਨ 'ਚ ਕੀ ਫਰਕ ਹੈ। ਅੱਜ ਕੱਲ੍ਹ ਕਈ ਕਹਿੰਦੇ ਆ ਨਾ ਵੀ ਹਰਿਮੰਦਰ ਸਾਹਿਬ ਦੇ ਵਿੱਚ ਅਤੇ ਮੇਰੇ ਮਕਾਨ 'ਚ ਕੀ ਫਰਕ ਹੈ, ਤਾਂ ਉੱਥੇ ਫਿਰ ਇਹ ਉਹਨਾਂ ਨੂੰ ਜਵਾਬ ਆਪਾਂ ਦੇ ਸਕਦੇ ਹਾਂ ਵੀ ਉਹੀ ਇੱਟਾਂ ਮਕਾਨ ਨੂੰ ਲੱਗਦੀਆਂ, ਉਹੀ ਇੱਟਾਂ ਠੇਕੇ ਨੂੰ ਲੱਗੀਆਂ, ਜਿਹੜੀਆਂ ਇੱਟਾਂ ਮਕਾਨ ਨੂੰ ਲੱਗੀਆਂ, ਜਿਹੜੀਆਂ ਇੱਟਾਂ ਗੁਰਦੁਆਰੇ ਨੂੰ ਲੱਗੀਆਂ, ਉਹੀ ਸ਼ਰਾਬ ਦੇ ਠੇਕੇ ਨੂੰ ਲੱਗੀਆਂ, ਫਰਕ ਕਿੰਨਾ ਵੇਖੋ ਬਈ। ਗੁਰਦੁਆਰਿਓਂ ਜ਼ਿੰਦਗੀ ਮਿਲਦੀ ਹੈ ਅਤੇ ਸ਼ਰਾਬਖਾਨਿਓਂ ਜ਼ਿੰਦਗੀ ਤਬਾਹ ਹੁੰਦੀ, ਫਰਕ ਕਿਉਂ ਨਹੀਂ ਆ, ਇੱਟਾਂ ਭਾਵੇਂ ਸੇਮ ਹੀ ਆ। ਤਾਂ ਇਸ ਕਰਕੇ ਜਿਹੜੇ ਮਹਾਤਮਾ ਦੇ ਦਿਨ ਹੁੰਦੇ ਨੇ, ਕਨੇਡਾ ਦੀ ਗੱਲ ਹੈ, ਉੱਥੇ ਨਾ ਦਮਦਮੀ ਟਕਸਾਲ ਦਾ ਗੁਰਦੁਆਰਾ ਹੈ ਅੰਮ੍ਰਿਤ ਪ੍ਰਕਾਸ਼, 3-4 ਸਾਲ ਪਹਿਲਾਂ ਉੱਥੇ ਜਾਣ ਦਾ ਸਮਾਂ ਮਹਾਂਪੁਰਖਾਂ ਨੇ ਦਿੱਤਾ ਸੀ। ਤਾਂ ਉਹ ਜਿਹੜਾ ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਹੈ,
ਉੱਥੇ ਬ੍ਰਹਮ ਗਿਆਨੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ 'ਚ ਬਣਿਆ ਗੁਰਦੁਆਰਾ ਕੈਨੇਡਾ ਦੇ ਵਿੱਚ। ਬੜੀ ਬਰਕਤ ਉੱਥੇ, ਬੜੀ ਕਮਾਈ ਹੈ। ਤਾਂ ਉੱਥੇ ਜਦੋਂ ਕੋਈ ਜੋੜ ਮੇਲਾ ਹੁੰਦਾ ਨਾ ਸੰਗਤ ਦਾ, ਜਿਵੇਂ ਐਤਵਾਰ ਸੰਗਤ ਇਕੱਠੀ ਹੁੰਦੀ ਹੈ, ਇੱਕ ਮੁਸਲਮਾਨ ਨੇ ਆਉਣਾ ਤੇ ਉਹਨੇ ਬਾਹਰ ਚਾਦਰ ਵਿਛਾ ਕੇ ਬਹਿ ਜਾਣਾ ਗੁਰਦੁਆਰੇ ਦੇ ਬਾਹਰ, ਚਾਦਰ ਵਿਛਾ ਕੇ, ਜਾਂ ਜਿੱਥੇ ਗੱਡੀਆਂ ਲੱਗਦੀਆਂ ਪਾਰਕਿੰਗ ਉੱਥੇ ਚਾਦਰ ਵਿਛਾ ਕੇ ਬਹਿ ਜਾਣਾ, ਜਾਂ ਜਦੋਂ ਨਗਰ ਕੀਰਤਨ ਨਿਕਲਦਾ। ਐਰਕੀ ਤਾਂ ਜਿਹੜੀ ਆ ਬਿਮਾਰੀ ਫੈਲ ਗਈ ਨਾ ਕਰੋਨਾ ਵਾਇਰਸ, ਇਹਦੇ ਕਰਕੇ ਸਰਕਾਰਾਂ ਨੇ ਸਾਰੇ ਹੀ ਪ੍ਰੋਗਰਾਮ ਰੱਦ ਕਰਤੇ ਆ। ਇੱਥੇ ਹਿੰਦੁਸਤਾਨ 'ਚ ਵੀ ਸ਼ਾਇਦ ਹੋ ਜਾਣੇ ਰੱਦ, ਪਰ ਇਹਨਾਂ ਦੀ ਗਿਣਤੀ ਬੜੀ, ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਬਾਹਰਲੇ ਦੇਸ਼ਾਂ 'ਚ ਸਾਰੇ ਹੀ ਪ੍ਰੋਗਰਾਮ ਰੱਦ ਕਰਤੇ, 10 ਬੰਦੇ ਵੀ ਨਹੀਂ ਇਕੱਠੇ ਹੋ ਸਕਦੇ। ਉਹ ਕਹਿੰਦੇ ਹੱਥ ਨਾ ਮਿਲਾਓ, 1 ਮੀਟਰ ਤੋਂ ਗੱਲ ਕਰੋ ਜਿਹਦੇ ਨਾਲ ਗੱਲ ਕਰਦੇ, ਅਤੇ ਗੱਲ 'ਚ ਪਰਨਾ ਪਾ ਕੇ ਰੱਖੋ। ਆ ਜਿਹੜੇ ਮਾਸਕ ਸੀ ਨਾ ਮੂੰਹ 'ਤੇ ਲੈਣ ਵਾਲੇ, ਉਹ ਤਾਂ ਮੁੱਕ ਗਏ ਆ ਬਾਜ਼ਾਰਾਂ 'ਚੋਂ, ਏਡਾ ਬਿਜ਼ਨਸ ਚੱਲਿਆ। ਹੱਥ ਧੋਣ ਵਾਲੇ ਡਟੋਲ ਵੀ ਮੁੱਕ ਗਏ ਆ, ਸੈਨੇਟਾਈਜ਼ਰ ਵੀ ਮੁੱਕ ਗਏ, ਹੱਥ ਧੋਣ ਵਾਲੇ ਵੀ ਹੱਥਾਂ ਦੇ ਕੀਟਾਣੂ ਮਰ ਜਾਣ। 5-6 ਵਾਰੀ ਕਹਿੰਦੇ ਸਾਬਣ ਨਾਲ ਹੱਥ ਧਾਓ, ਜੇ ਖੰਘ ਆਉਂਦੀ ਹੈ ਅਤੇ ਰੇਸ਼ਾ ਵਾ ਬੁਖਾਰ ਆ ਅਤੇ ਮੂੰਹ ਢੱਕ ਕੇ ਰੱਖੋ। ਜਦੋਂ ਕਿਸੇ ਨਾਲ ਗੱਲ ਕਰਨੀ ਮੂੰਹ ਅੱਗੇ ਚੁੰਨੀ ਜਾਂ ਪਰਨਾ ਕਰ ਲਓ। ਉਹ ਮਾਸਕ ਜੇ ਤਾਂ ਹੁਣ ਲੱਭਦੇ ਹੀ ਨਹੀਂ ਆ, ਉਹ ਤਾਂ ਬਿਜ਼ਨਸ ਹੀ ਇੰਨਾ ਚੱਲਿਆ, ਰਾਤੋਂ ਰਾਤ ਕਈ ਬਣ ਗਏ ਅਤੇ ਕਈ ਉੱਜੜ ਗਏ। ਇੱਦਾਂ ਹੀ ਹੁੰਦਾ ਦੁਨੀਆਂ ਦੇ ਵਿੱਚ। ਤਾਂ ਉਹਦੇ ਕਰਕੇ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਰੱਦ ਕਰੀ ਜਾ ਰਹੇ ਆ, ਕਿਉਂਕਿ ਇੱਕ ਵਾਰੀ ਬਿਮਾਰੀ ਸਾਰੇ ਫੈਲਣੀ ਫੈਲਣੀ ਆ, ਕਿਉਂ ਬਿਮਾਰੀ ਦੇ ਕੀਟਾਣੂ ਇੱਕ ਵਾਰੀ ਸਾਰੇ ਫੈਲਦੇ ਆ। ਇਸ ਕਰਕੇ ਬਚ ਕੇ ਰਹੋ ਅਤੇ ਘਰਾਂ 'ਚ ਰਹੋ ਅਤੇ ਸੌਦੇ ਸੁਦੇ ਆਪਦੇ ਸਾਂਭ ਕੇ ਰੱਖੋ। ਵੀ ਜੇ 2 ਮਹੀਨੇ ਅੰਦਰ ਰਹਿਣਾ ਪੈ ਗਿਆ, ਰੋਟੀਆਂ ਦਾ ਆਟਾ ਨਾ ਮੁੱਕ ਜੇ, ਆਖੋ ਸਤਨਾਮ ਸ੍ਰੀ ਵਾਹਿ। ਇਹ ਸੱਚੀ ਗੱਲ ਹੈ, ਕੋਈ ਮਖੌਲ ਨਹੀਂ ਹੈ, ਗਾਂਹ ਤੋਂ ਗਾਂਹ ਚੱਲੀ ਆਉਣ ਡਈ ਆ। ਕੈਨੇਡਾ ਦੀ ਜਿਹੜਾ ਪ੍ਰਧਾਨ ਮੰਤਰੀ ਉਹਦੀ ਘਰ ਵਾਲੀ ਨੂੰ ਨਿਕਲ ਆਈ ਆ, ਅਤੇ ਆਪਣਾ ਕੀ ਬਣੂਗਾ। ਜਿਹਨਾਂ ਕੋਲ ਏਡਾ ਲਾਜ ਆ, ਇੰਨਾ ਸਭ ਕੁਝ ਹੈ, ਤਾਂ ਰਹੋ ਵਿਚਾਰ। ਤਾਂ ਇਸ ਬੰਨੇ ਮੈਂ ਨਾ ਜਾਵਾਂ, ਉੱਥੇ ਜਦੋਂ ਨਗਰ ਕੀਰਤਨ ਹੁੰਦਾ ਉਹਨੇ ਨਾ ਚਾਦਰ ਵਿਛਾ ਕੇ ਮੁਸਲਮਾਨ ਨੇ ਬਹਿ ਜਾਣਾ। ਉਹਨੂੰ ਕਿਸੇ ਨੇ ਪੁੱਛਿਆ ਵੀ ਸਿੱਖਾਂ ਦਾ ਨਗਰ ਕੀਰਤਨ ਅਤੇ ਤੂੰ ਸਿੱਖਾਂ ਦੇ ਨਗਰ ਕੀਰਤਨ 'ਚ ਮੁਸਲਮਾਨ ਹੋ ਕੇ ਚਾਦਰ ਵਿਛਾ ਕੇ ਬਹਿ ਜਾਂਦਾ। ਉਹ ਕਹਿੰਦਾ ਮੈਨੂੰ ਤਾਕਤ ਬੜੀ ਮਿਲਦੀ। ਜਦੋਂ ਵੀ ਕਿਸੇ ਧਰਮ ਦਾ ਇਕੱਠ ਹੋਵੇ ਨਾ, ਰੱਬ ਦਾ ਨਾਮ ਜਿੱਥੇ ਜਪਿਆ ਜਾਵੇ, ਕਹਿੰਦਾ ਮੈਂ ਉੱਥੇ ਜਾਣਾ ਹੀ ਜਾਣਾ, ਅਤੇ ਮੈਂ ਉੱਥੇ ਆਪਦੀ ਬੰਦਗੀ ਕਰਦਾ। ਜਿਹੜੀ ਚੀਜ਼ ਸਾਰਾ ਸਾਲ ਲਾ ਕੇ ਮੇਰੇ ਤੋਂ ਸਿੱਧ ਨਹੀਂ ਨਾ ਹੁੰਦੀ ਕਿਸੇ ਸ਼ਬਦ ਦਾ, ਮੈਂ ਜਾਪ ਕਰਦਾ ਉੱਥੇ। ਮੇਰੇ ਤੋਂ 2 ਘੰਟਿਆਂ 'ਚ 1 ਘੰਟਿਆਂ ਮੈਂ ਉੱਥੇ ਬਹਿ ਜਾਂ, ਚੌਂਕੜਾ ਮਾਰ ਕੇ ਆਪਦੀ ਬੰਦਗੀ ਕਰਾਂ, ਤਾਂ ਇੰਨੀ ਉੱਥੇ ਕਿਰਪਾ ਵਰਤਦੀ ਆ ਪਰਮੇਸ਼ਰ ਦੀ। ਉਸ ਦਿਨ ਜਦੋਂ ਸੰਗਤਾਂ ਇਕੱਠੀਆਂ ਹੁੰਦੀ, ਉਹ ਮੇਰੀ ਚੀਜ਼ ਸਿੱਧ ਹੋ ਜਾਂਦੀ। ਤਾਂ ਇਸ ਕਰਕੇ ਜਿਹੜੇ ਗੁਰਮਤ ਨੇ ਦਿਹਾੜੇ ਬੰਨੇ ਆ, ਗੁਰਪੁਰਬ ਆ, ਮਹਾਂਪੁਰਸ਼ਾਂ ਦੇ ਦਿਨ ਦਿਹਾੜੇ ਆ, ਇਹਨਾਂ 'ਚ ਇਹੀ ਫਰਕ ਹੁੰਦਾ ਵੀ ਜਿਹੜੀ ਸੰਗਤ ਦੀ ਤਾਕਤ ਹੈ, ਉਸ ਤਾਕਤ ਕਰਕੇ ਫਿਰ ਸਾਰਿਆਂ ਦੀਆਂ ਕਾਮਨਾਵਾਂ ਜਿਹੜੀਆਂ ਨੇ, ਭਾਵਨਾਵਾਂ ਜਿਹੜੀਆਂ ਨੇ, ਉਹ ਪੂਰੀਆਂ ਹੋ ਜਾਂਦੀਆਂ ਨੇ। ਸੋ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਸੂਬਾ ਸਿੰਘ ਜੀ, ਦੇਸ਼ ਭਗਤ, ਪਰਮੇਸ਼ਰ ਭਗਤ, ਗੁਰੂ ਭਗਤ, ਜਿਨ੍ਹਾਂ ਨੇ 22 ਸਾਲ ਤੋਂ ਵੀ ਵੱਧ ਸਮਾਂ ਚੌਂਕੜਾ ਮਾਰ ਕੇ ਇਸ ਪਵਿੱਤਰ ਜਗ੍ਹਾ ਉੱਤੇ, ਧਰਤੀ ਦੇ ਵਿੱਚ ਉੱਚੇ ਥਾਂ ਉੱਤੇ ਥੜਾ ਬਣਾਇਆ, ਭੂਰਾ ਬਣਾਇਆ ਹੁੰਦਾ ਸੀ, ਅਤੇ ਰਾਤ ਨੂੰ ਬਾਬਾ ਜੀ ਬਾਹਰ ਆਉਂਦੇ ਹੁੰਦੇ ਸੀ, ਕਿਉਂ ਭਗੌੜੇ ਸਨ, ਅੰਗਰੇਜ਼ਾਂ ਦੀ ਸਰਕਾਰ ਸੀ, ਸਿਰ 'ਤੇ ਇਨਾਮ ਰੱਖਿਆ ਸੀ, ਗਦਰੀ ਬਾਬੇ ਸੀ। ਤਾਂ ਨਾਲ ਨਾਲ ਦੇਸ਼ ਦੀ ਸੇਵਾ ਕਰਨੀ, ਨਾਲ ਨਾਲ ਪਰਮਾਤਮਾ ਦੀ ਭਗਤੀ ਕਰਨੀ। ਇਹੋ ਜਿਹੇ ਸੱਤ ਪੁਰਸ਼ ਮਹਾਂਪੁਰਸ਼ ਜਿਨ੍ਹਾਂ ਦੀ ਆਪਾਂ ਸਾਲਾਨਾ ਯਾਦ ਮਨਾ ਰਹੇ ਹਾਂ, ਸੋ ਉਹਨਾਂ ਮਹਾਂਪੁਰਖਾਂ ਦੀ ਪਵਿੱਤਰ ਯਾਦ ਅੰਦਰ ਇਹ 12-13 ਮਾਰਚ ਦਾ ਜਿਹੜਾ ਦਿਹਾੜਾ ਹੈ ਉਹ ਮਨਾਇਆ ਜਾਂਦਾ ਹੈ। ਹੁਣੇ ਹੁਣੇ
संगत विच पहुंचे ने बहुत ही सन्मानयोग सचखंड वासी महापुरश दया दे समुंदर निम्रता दे पुंज बड़े ही निर्मल सुभा वाले शीतल सुभा वाले श्रीमान संत बाबा दया सिंह जी सुर सिंह वाले तिना दे सपुत्र श्रीमान संत बाबा गुरबचन सिंह जी सुर सिंह वाले महापुरख जिहड़े के महापुरखां दा ही सुभा है बड़ा प्रेम करदे ने बड़ा माण दिंदे ने सत्कार दिंदे ने भावें कोई उम्र च छोटा है भावें कोई अगे गुणा च भी छोटा है उन्हों भी माण दिंदे ने सत्कार दिंदे ने हुणे हुणे महापुरश स्टेज ते पहुंचे ने बहुत बहुत जी आयां नूं आओ बड़े प्रेम दे नाल अगला प्रोग्राम भाई साहब भाई रणजीत सिंह जी उन्हां पासों श्रवण करिए जी भुल चुक दी खिमा जी वाहिगुरु जी का खालसा वाहिगुरु जी की